ਮੈਂ ਡਾਕਟਰ ਬਲਵਿੰਦਰ ਕੁਮਾਰ ਸਿਵਲ ਸਰਜਨ ਹੁਸ਼ਿਆਰਪੁਰ। ਜਿਵੇਂ ਕਿ ਤੁਹਾਨੂੰ ਪਤਾ ਹੀ ਅੱਜ ਕੱਲ੍ਹ ਗਰਮੀਆਂ ਦਾ ਸੀਜ਼ਨ ਹੈ। ਇਸ ਵਾਰ ਗਰਮੀ ਦਾ ਬਹੁਤ ਪ੍ਰਕੋਪ ਚੱਲ ਰਿਹਾ। ਇਹ ਜਿਹੜੀ ਲੂ ਆ ਜਾਂ ਗਰਮੀ ਆ ਸਾਡੇ ਸਰੀਰ ਲਈ ਬਹੁਤ ਹਾਨੀਕਾਰਕ ਆ। ਇਹਦੇ ਤੋਂ ਬਚਣ ਦੇ ਲਈ ਜਦੋਂ ਵੀ ਅਸੀਂ ਬਾਹਰ ਨਿਕਲਣਾ ਸਾਨੂੰ ਸਿਰ 'ਤੇ ਕੱਪੜਾ ਆਪਣੇ ਜਿਹੜੇ ਅੰਗ ਆ ਉਹ ਢੱਕ ਕੇ ਜਾਣਾ ਚਾਹੀਦਾ ਤਾਂ ਕਿ ਡਾਇਰੈਕਟ ਜਿਹੜੀਆਂ ਸਨ ਰੇਜ ਆ ਸੂਰਜ ਦੀਆਂ ਕਿਰਨਾਂ ਸਾਡੇ ਸਰੀਰ ਦੇ ਉੱਤੇ ਇਫੈਕਟ ਨਾ ਪਵੇ। ਤੇ ਦੂਜੇ ਨੰਬਰ ਤੇ ਜਦੋਂ ਹੀਟ ਵੱਧਦੀ ਆ ਤੇ ਉਹਦੇ ਨਾਲ ਸਾਡੇ ਸਰੀਰ ਚੋਂ ਜਿਹੜਾ ਪਾਣੀ ਆ ਉਹ ਬਹੁਤ ਲੌਸ ਹੁੰਦਾ। ਤੇ ਜਦੋਂ ਵੀ ਘਰੋਂ ਬਾਹਰ ਨਿਕਲਣਾ ਗਲਾਸ ਪਾਣੀ ਦਾ ਪੀ ਕੇ ਜਾਓ ਤੇ ਜਦੋਂ ਵੀ ਘਰੋਂ ਬਾਹਰੋਂ ਆਉਣਾ ਘਰ ਨੂੰ ਤਾਂ ਉਦੋਂ ਵੀ ਪਾਣੀ ਪੀਓ ਤਾਂ ਕਿ ਸਾਡੀ ਬੋਡੀ ਚੋਂ ਪਾਣੀ ਨਾ ਘਟੇ, ਡੀਹਾਈਡਰੇਸ਼ਨ ਨਾ ਹੋਵੇ। ਡੀਹਾਈਡਰੇਸ਼ਨ ਜਿਹੜੀ ਆ ਬੋਡੀ ਦੇ ਵਿੱਚ ਇੱਕ ਆਪਣੇ ਤਰ੍ਹਾਂ ਦਾ ਇੱਕ ਸੀਰੀਅਸ ਰੋਗ ਆ ਜਿਹਦੇ ਕਰਕੇ ਸਾਨੂੰ ਹਸਪਤਾਲ ਦੇ ਵਿੱਚ ਵੀ ਐਡਮਿਟ ਹੋਣਾ ਪੈਂਦਾ। ਪੰਜਾਬ ਸਰਕਾਰ ਵੱਲੋਂ ਸਾਨੂੰ ਵੱਖੋ ਵੱਖਰੇ ਸਮਿਆਂ ਤੇ ਹਦਾਇਤਾਂ ਜੋ ਮਿਲੀਆਂ ਲੂ ਨੂੰ ਕੰਟਰੋਲ ਕਰਨ ਦੇ ਲਈ ਉਹਦੇ ਵਿੱਚ ਅਸੀਂ ਆਪਣੇ ਹਸਪਤਾਲਾਂ ਦੇ ਵਿੱਚ ਅਲੱਗ ਵਾਰਡ ਬਣਾਏ ਆ, ਉਹਨਾਂ ਦੇ ਵਿੱਚ ਬੈੱਡ ਲਾਏ ਆ। ਬੈੱਡਾਂ ਦੇ ਨਾਲ ਅਸੀਂ ORS ਦਾ ਘੋਲ ਰੱਖਿਆ, ਨਾਲ ਪਾਣੀ ਰੱਖਿਆ ਆ ਤੇ ਜਦੋਂ ਵੀ ਕੋਈ ਪੇਸ਼ੈਂਟ ਐਡਮਿਟ ਹੋਵੇ ਤਾਂ ਅਸੀਂ ਉਹਨੂੰ ਪੂਰਾ ਟ੍ਰੀਟਮੈਂਟ ਦਿੰਦੇ ਹਾਂ। ਤੇ ਜਿਹੜੀ ਵੀ ਸਾਡੀ ਮੈਡੀਕਲ ਦੀਆਂ ਟੀਮਾਂ ਅਸੀਂ ਬਣਾਈਆਂ ਖਾਸ ਕਰਕੇ ਲੂ ਨੂੰ ਕੰਟਰੋਲ ਕਰਨ ਲਈ ਉਹ ਝੱਟ ਮਰੀਜ਼ ਨੂੰ ਆ ਕੇ ਸਾਂਭਦੀਆਂ। ਜੇ ਕੋਈ ਮਰੀਜ਼ ਆਵੇ ਤਾਂ ਸਾਡੇ ਕੋਲ ਅਸੀਂ ਪੂਰਾ ਸਾਡੇ ਕੋਲ ਇੰਤਜ਼ਾਮ ਆ। ਮੈਂ ਆਪਣੇ ਆਵਾਮ ਨੂੰ ਇਹੀ ਬੇਨਤੀ ਕਰਦਾ ਕਿ ਕੋਈ ਵੀ ਜਦੋਂ ਲੂ ਦਾ ਮਰੀਜ਼ ਕੋਈ ਲੂ ਤੋਂ ਇਫੈਕਟ ਹੋਵੇ ਤਾਂ ਤੁਰੰਤ ਸਰਕਾਰੀ ਹਸਪਤਾਲਾਂ ਦੇ ਵਿੱਚ ਆਓ ਤੇ ਸਾਡੀਆਂ ਉੱਥੇ ਸਾਰੀਆਂ ਸਹੂਲਤਾਂ ਪੂਰੀਆਂ ਹਨ ਤੇ ਤਾਂ ਕਿ ਇਹਦੇ ਜਿਹੜੇ ਮਾੜੇ ਇਫੈਕਟ ਤੋਂ ਅਸੀਂ ਬਚ ਸਕੀਏ। ਥੈਂਕ ਯੂ। An excellent coaching point in IELTS and spoken English. Also expert in study and visitor visa. Government approved. SS Group. Session Chowk, Hoshiarpur.